ਮੈਨੂੰ ਨਹੀਂ ਪਤਾ ਹੈਗਾ, ਮੈਨੂੰ ਤਾਂ ਤੁਸੀਂ ਤਿਰੰਗੇ ਵਾਲਾ ਸੂਟ ਲੈ ਕੇ ਦਿਓ। ਮੈਂ ਤਾਂ ਕੱਲ੍ਹ ਨੂੰ 15 ਅਗਸਤ 'ਤੇ ਜਾਊਂਗੀ ਅਤੇ ਤਿਰੰਗੇ ਵਾਲਾ ਸੂਟ ਹੀ ਪਾ ਕੇ ਜਾਊਂਗੀ। ਤੇਰੇ ਤਾਂ ਪਏਗਾ ਦਿਮਾਗ 'ਚ ਫਰਕ, ਸਮਝ ਗਈ? ਉੱਥੇ ਦੱਸ ਕਿਹੜਾ, ਉੱਥੇ ਮੈਂ ਤਾਂ ਹੁਣ ਸੁਣਨ ਲੱਗੀ ਹਾਂ, ਹੋਰ ਕੌਣ ਬਣਾਉਂਦਾ ਤਿਰੰਗੇ ਵਾਲੇ ਸੂਟ? ਹੁੰਦੇ ਨੇ, ਕੋਈ ਨਹੀਂ, ਕੁਛ ਨਹੀਂ ਹੁੰਦਾ, ਸਮਝ ਗਈ? ਉਹੀ ਪਤਾ ਨਹੀਂ ਕਿੱਥੋਂ ਕਿੱਥੋਂ ਸਿੱਖੀ ਜਾਂਦੀ ਹੈ, ਕੌਣ ਤੈਨੂੰ ਦੱਸਦਾ ਹੈ ਜੀ ਗੱਲਾਂ, ਕੌਣ ਨਹੀਂ ਤੈਨੂੰ ਦੱਸਦਾ। ਹੋਰ ਹੀ ਪਖੰਡ ਫੜ ਦੇ ਤੂੰ ਤਾਂ ਮੈਨੂੰ ਨਵੇਂ। ਤਾਂ ਤਿਰੰਗੇ ਵਾਲਾ ਸੂਟ ਹੀ ਯਾਰ ਚਾਹੀਦਾ। ਮੈਥੋਂ ਨਹੀਂ ਹੈਗਾ, ਮੈਂ ਨਾ ਮੇਰੇ ਕੋਲ ਮਿਲੇ। ਤੈਨੂੰ ਕੌਣ, ਕਿਹਨੇ ਦੱਸਿਆ ਤੈਨੂੰ? ਮੈਨੇ ਦੱਸੀ ਪਹਿਲਾਂ, ਕਿਹਨੇ ਕਿਹਾ ਤੈਨੂੰ ਇਹ ਗੱਲ ਵੀ ਤਿਰੰਗੇ ਵਾਲਾ ਸੂਟ ਮਿਲਦਾ? ਇੱਕ ਕੁੜੀ ਕਹਿੰਦੀ ਸੀ ਮੈਨੂੰ, ਕਹਿੰਦੀ ਮੇਰੇ ਘਰ ਮੇਰੇ ਕੋਲ ਵਾਲੇ ਨੇ ਲਿਆਉਣ ਫੜ ਕੇ, ਕਹਿੰਦੀ ਮੇਰੇ ਘਰ ਵਾਲੇ ਮੈਨੂੰ ਤਿਰੰਗੇ ਵਾਲਾ ਸੂਟ ਲਿਆ ਕੇ ਦਿੱਤਾ, ਕਹਿੰਦੀ ਮੈਂ 15 ਅਗਸਤ 'ਤੇ ਪਾ ਕੇ ਉਹਦੇ ਘਰ ਜਾਣਾ। ਵਾਲੇ ਸਾਡੀ ਜਾਨ ਨੂੰ ਬਿਪਤਾ ਪਾ ਦਿੰਦੇ ਨੇ, ਉਹਦੇ ਘਰ ਵਾਲੇ ਲਿਆਤਾ। ਮੈਨੂੰ ਤਾਂ ਤਿਰੰਗੇ ਵਾਲਾ ਸੂਟ ਹੀ ਚਾਹੀਦਾ ਯਾਰ, ਮੈਥੋਂ ਨਹੀਂ ਮਿਲਦਾ, ਨਾ ਮੈਂ ਲਿਆ ਸਕਾਂ, ਮੈਨੂੰ ਨਹੀਂ ਪਤਾ ਕਿੱਥੋਂ ਮਿਲਦਾ, ਉਹਨੂੰ ਪੁੱਛ ਲਾ ਫਿਰ ਲਿਆ ਦੂੰਗਾ। ਮੈਂ ਤਾਂ ਤਿਰੰਗੇ ਵਾਲਾ ਸੂਟ ਹੀ ਪਾਊ, ਉਹੀ ਪਾ ਕੇ ਕੱਲ ਨੂੰ 15 ਅਗਸਤ 'ਤੇ ਜਾਊ, ਨਹੀਂ ਮੈਂ ਤੈ ਦੱਸ ਜਾਊਂਗੀ। ਉੱਥੇ 15 ਅਗਸਤ ਜਾ ਕੇ ਮੋਦੀ ਨੇ ਝੰਡਾ ਚੜਾਉਣਾ ਤਾਂ ਯਾਰ, ਮੈਂ ਚੜਾ ਆਹ ਗੱਲਾਂ ਕਰੀ ਨਹੀਂ ਯਾਰ। ਮੈਂ ਤਾਂ ਚੜਾ ਕੇ ਆਉਣਾ ਝੰਡਾ, ਮੈਨੂੰ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਹੋਇਆ ਹੈ। ਤੈਨੂੰ ਇਨਵੀਟੇਸ਼ਨ ਦਿੱਤਾ? ਉਹ ਕਹਿੰਦੇ ਝੰਡਾ ਚੜਾ ਕੇ ਜਾਈ ਤੂੰ, ਸੂਟ ਵੀ ਤਿਰੰਗੇ ਵਾਲਾ ਪਾ ਕੇ ਆਉਣਾ, ਹੁਣ ਮੈਂ ਦੱਸੋ ਜਿੱਦ ਕੀ ਨਹੀਂ ਕਰਾਂ? ਗੱਲ ਹੁੰਦੀ ਇਹ ਸੂਟ ਮੈਂ ਤਾਂ ਕਿਤੇ ਦੇਖਿਆ ਨਹੀਂ, ਕਿਤੇ ਮਿਲਦਾ ਇੱਦਾਂ ਦਾ? ਠੀਕ ਆ, ਮੇਰੀ ਸੁਣ ਲੈ ਗੱਲ, ਨਾ ਮੈਂ ਸੁਣਿਆ ਨਾ ਮੈਂ ਕਿਤੇ ਦੇਖਿਆ, ਠੀਕ ਆ। ਜਿਹੜੀ ਕੁੜੀ ਨੇ ਮੈਂ ਤਾਂ ਲਿਆ ਉਹਨੂੰ ਪੁੱਛ ਵੀ ਉਹਨੇ ਕਿੱਥੋਂ ਲਿਆ, ਉਹਦੇ ਘਰ ਵਾਲੇ ਨੇ ਉਹਨੂੰ ਕਿੱਥੋਂ ਲਿਆ। ਬਾਈ ਪਹਿਲੀ ਗੱਲ ਤਾਂ ਮੇਰੀ ਹੱਥ ਬੰਨ ਕੇ ਬੇਨਤੀ ਆ ਸਾਰੇ ਮੇਰੇ ਭਰਾਵਾਂ ਨੂੰ, ਜਿਹੜੇ ਬਾਈ ਆਪਣੇ ਘਰ ਵਾਲੇ ਨੇ ਇਹ ਜਿਹੇ ਸੂਟ ਦਵਾਉਂਦੇ ਨੇ, ਯਾਰ ਤੁਸੀਂ ਜੇ ਦਵਾ ਦਿੰਦੇ ਹੋ ਤਾਂ ਬਾਈ ਸੋਸ਼ਲ ਮੀਡੀਆ ਤੇ ਨਾ ਪਾਇਆ ਕਰੋ, ਸਾਡੀ ਜਾਨ ਵੀਰਤਾ ਛੇੜੇ ਜੇ ਤਾਂ ਹੱਥ ਬੰਨੇ, ਠੀਕ ਆ। ਸਾਡੇ ਵਾਸਤੇ ਮੈਨੂੰ ਤਾਂ ਗੱਲ ਤਿਰੰਗੇ ਵਾਲਾ ਸੂਟ ਹੀ ਚਾਹੀਦਾ, ਮੈਂ ਜਾਣਾ 15 ਅਗਸਤ 'ਤੇ ਪਾ ਕੇ ਉਹ ਵਾਲਾ ਸੂਟ, ਤੁਸੀਂ ਤਾਂ ਲਿਆ ਕੇ ਦਿਓ। ਤੈਨੂੰ ਤਿਰੰਗੇ ਵਾਲਾ ਸੂਟ ਨਹੀਂ ਲਿਆ ਦਿੰਦਾ, ਤੈਨੂੰ ਕੋਈ ਚੀਜ਼ ਬਣਾ ਕੇ ਦਿੰਦਾ, ਮੈਂ ਆਪ ਬਣਾ ਕੇ ਦਊਂਗਾ ਤੈਨੂੰ, ਠੀਕ ਆ। ਤੇਰੇ ਨਾਲ ਇੱਕ ਪ੍ਰੋਮਿਸ ਰਿਹਾ, ਸੂਟ ਸਾਟ ਨਹੀਂ ਮੈਨੂੰ ਪਤਾ ਕਿ, ਜੇ ਮਿਲਦਾ ਹੋਊਗਾ ਚਾਹੇ ਤੂੰ ਆਨਲਾਈਨ ਬਾਈ ਕਰ ਲਈ ਜਿਵੇਂ ਤੈਨੂੰ ਠੀਕ ਲੱਗਿਆ ਉਵੇਂ ਕਰ ਲਈ, ਬਟ ਫਿਲਹਾਲ ਤੈਨੂੰ ਮੈਂ ਇੱਕ ਚੀਜ਼ ਬਣਾ ਕੇ ਦਊਂਗਾ, ਜਿਵੇਂ ਤੂੰ ਕਹਿ ਰਹੀ ਮੈਨੂੰ ਤਿਰੰਗੇ ਵਾਲਾ ਸੂਟ ਚਾਹੀਦਾ। ਸਿਰਫ ਮੈਂ ਇਹੀ ਗੱਲ ਸਮਝਾਉਣਾ ਚਾਹ ਰਿਹਾ ਵੀ ਜੇ ਸੂਟ ਨਹੀਂ ਮਿਲਦਾ ਤਾਂ ਤੈਨੂੰ ਇੱਕ ਵਧੀਆ ਚੀਜ਼ ਬਣਾ ਕੇ ਦਊਂਗਾ, ਤਿਰੰਗੇ ਵਾਲੀ ਹੀ ਚੀਜ਼ ਬਣਾ ਕੇ ਦਊਂਗਾ, ਠੀਕ ਆ। ਮੇਰੀ ਗੱਲ ਮੰਨ ਲਾ, ਜਿੱਦ ਨਹੀਂ ਕਰੀ ਹੁੰਦੀ ਨਿਆਣਿਆਂ ਵਾਲੀ। ਮੈਨੂੰ ਨਹੀਂ ਪਤਾ, ਮੈਂ ਤਾਂ ਤਿਰੰਗੇ ਵਾਲਾ ਸੂਟ ਲਾਉਂਗੀ, ਲਿਆ ਕੇ ਦੋ ਜਿੱਥੋਂ ਮਰਜ਼ੀ। ਮੈਂ ਦਰਜੀ ਹਾਂ, ਦਰਜੀ ਹਾਂ, ਮੈਨੂੰ ਦੱਸੀ ਪਹਿਲੀ ਗੱਲ, ਮੈਂ ਦਰਜੀ ਹਾਂ ਯਾਰ, ਉਹੀ ਕੋਈ ਗੱਲਾਂ ਕਰਦੇ ਆ ਯਾਰ। ਕੱਪੜਾ ਲਿਆ ਜਾ ਕੇ ਬਾਜ਼ਾਰ ਦੇ ਨਾਲ, ਚੱਲ ਬਾਜ਼ਾਰ ਦੇ ਤੂੰ ਸੂਈ ਲੈਣੀ ਆ ਸੂਟ ਸਾਰੇ, ਜਿਵੇਂ ਜਿਵੇਂ ਕੱਟ ਕੱਟ ਕੇ ਜਿਵੇਂ ਤੇਰਾ ਚਿੱਤ ਬੰਨੇ ਉਵੇਂ ਬਣਾ ਲਾ, ਮੈਨੂੰ ਨਾ ਤੰਗ ਕਰੇ। ਅੱਛਾ, ਹੁਣ ਮੈਂ ਟਾਕੀਆਂ ਵਾਲਾ ਸੂਟ ਪਾਉਂਗੀ, ਤੁਸੀਂ ਕੀ ਕਹਿੰਦੇ ਹੋ? ਮੈਂ ਜਲੂਸ ਕੱਢ ਲਾਂ ਆਪਣਾ ਫਿਰ, ਪੇਂਟ ਟਾਕੀਆਂ ਵਾਲਾ ਸੂਟ ਪਾ ਕੇ, ਫਿਰ ਪੇਂਟ ਲਿਆ, ਪੇਂਟ ਨਾਲ ਕਰ ਲਾ, ਫਿਰ ਇੱਕ ਚਿੱਟੇ ਰੰਗ ਦਾ ਕੱਪੜਾ ਲਿਆ ਕੇ ਸੂਟ ਬਣਾ ਉਹਦਾ, ਫਿਰ ਉਹਦੇ ਉੱਪਰ ਪੇਂਟ ਕਰ ਲਾ, ਫਿਰ ਤਿਰੰਗੇ ਵਾਲਾ ਤੇਰਾ ਸੂਟ ਬਣ ਜਾਣਾ। ਨਹੀਂ ਜੀ, ਮੈਨੂੰ ਤਾਂ ਸੂਟ ਲਿਆ ਕੇ ਦਿਓ ਬਸ। ਤੇਰਾ ਤਾਂ ਦਿਮਾਗ 'ਚ ਫਰਕ ਪੈ ਗਿਆ, ਚੱਲ ਚੰਗਾ ਮੈਂ ਬਾਜ਼ਾਰ ਜਾਣਾ, ਮੈਨੂੰ ਕੰਮ ਆ, ਮੈਨੂੰ ਆਪਣਾ ਕੰਮ ਕਰਨ ਦੇ, ਚੰਗਾ। ਉਹ ਬਾਕੀ ਇਹੀ ਗੱਲ ਮੈਂ ਇਹਨੂੰ ਸਮਝਾ ਰਿਹਾ ਬਾਰ ਬਾਰ ਕਿ ਸੂਟ ਦੀ ਜਿੱਦ ਛੱਡ, ਤੈਨੂੰ ਕੋਈ ਹੋਰ ਵਧੀਆ ਚੀਜ਼ ਮੈਂ ਆਪ ਬਣਾ ਕੇ ਦਊਂਗਾ, ਤੈਨੂੰ ਆਪਣੇ ਹੱਥ ਨਾਲ ਚੀਜ਼ ਬਣਾ ਕੇ ਦੇਵਾਂ ਇੱਕ। ਹੈਲੋ, ਇੱਥੇ ਬਾਬੇ ਹੋਏ ਜਿੱਦ ਬੜੀ ਬੈਠੀ ਆ। ਬਾਕੀ ਚਲੋ ਠੀਕ ਆ, ਸੂਟ ਹੀ ਲੈ ਕੇ ਆਉਣਾ, ਚੰਗਾ ਚੱਲ ਠੀਕ ਆ, ਮੈਂ ਸੂਟ ਦੇਣ ਚੱਲਿਆ ਜਾਵਾਂਗਾ, ਜੇ ਮਿਲ ਗਿਆ ਤਾਂ ਜ਼ਰੂਰ ਲੈ ਕੇ ਆਊਂਗਾ, ਜੇ ਨਹੀਂ ਮਿਲਿਆ ਤਾਂ ਫਿਰ ਮੇਰੀ ਕੋਈ ਗਲਤੀ ਨਹੀਂ ਚ, ਠੀਕ ਆ। ਮੈਂ ਤਾਂ ਪਾਣਾ, ਮੇਰੀ ਇੱਕ ਜਿੱਦ ਨਹੀਂ ਹੈਗੀ, ਜਾਂ ਮੇਰੀ ਕੋਈ, ਮੈਂ ਤੇਰੇ ਨਾਲ ਸ਼ਰਤਾਂ ਨਹੀਂ ਕਰ ਰਿਹਾ, ਮੈਂ ਪੁੱਛ ਲੂੰਗਾ ਬਾਜ਼ਾਰ 'ਚ, ਜੇ ਮਿਲ ਗਿਆ ਤਾਂ ਤੇਰੇ ਨਾਲ ਪੱਕਾ ਵਾਅਦਾ ਰਿਹਾ, ਤੈਨੂੰ ਲਿਆ ਦੂੰਗਾ, ਪ੍ਰੋਮਿਸ ਪ੍ਰੋਮਿਸ ਲਿਆ ਕੇ ਦਊਂਗਾ, ਜੇ ਨਹੀਂ ਤਾਂ ਫਿਰ ਤੈਨੂੰ ਕੋਈ ਚੀਜ਼ ਬਣਾ ਕੇ ਦਊਂਗਾ, ਚੱਲ ਚੰਗਾ ਮੈਂ ਜਾ ਆਇਆ ਬਾਜ਼ਾਰ। ਇੱਕ ਇਹ ਗੱਲ ਸਮਝ ਨਹੀਂ ਆ ਰਹੀ, ਸੂਟ ਕਿੱਥੋਂ ਲਿਆ ਕੇ ਦਊਂਗਾ, ਉਹ ਵੀ ਤਿਰੰਗੇ ਵਾਲਾ, ਹੈ ਨਾ, ਹੋਰ ਹੀ ਪਤਾ ਨਹੀਂ ਕਿਹੜੀ ਜਿੱਦ ਫੜ ਲੈਂਦੀ ਆ, ਅਤੇ ਬਾਕੀ ਮੈਂ ਬਾਜ਼ਾਰ ਚੱਲਿਆ ਪਤਾ ਕਰ ਲੂੰਗਾ, ਜੇ ਮਿਲ ਗਿਆ ਤਾਂ ਠੀਕ ਆ, ਨਹੀਂ ਫਿਰ ਇੱਕ ਚੀਜ਼ ਬਣਾ ਕੇ ਦਊਂਗਾ ਇਹਨੂੰ ਡਿਫਰੈਂਟ। ਬਾਕੀ ਤੁਹਾਡੇ ਵਾਸਤੇ ਵੀ ਇਹ ਚੀਜ਼ ਘੈਂਟ ਹੋਊਗੀ, ਮੈਂ ਤੁਹਾਨੂੰ ਇੱਕ ਰੈਸਪੀ ਬੜੀ ਘੈਂਟ ਸ਼ੇਅਰ ਕਰੂੰਗਾ ਇਸੇ ਮੌਕੇ 'ਤੇ ਇੱਕ।
ਮੈਂ ਲੈ ਕੇ ਆਇਆ ਸੀ ਮਤਲਬ ਫੂਡ ਕਲਰ, ਮੈਨੂੰ ਪਤਾ ਨਹੀਂ ਸੀ ਕਿ ਫੂਡ ਕਲਰ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦਾ ਲਿਕੁਇਡ ਦਾ ਫੂਡ ਕਲਰ ਵੀ ਹੁੰਦਾ, ਅਤੇ ਮਤਲਬ ਜਿਵੇਂ ਇੱਕ ਛੋਟੀ ਛੋਟੀ ਡੱਬੀ ਨਹੀਂ ਮਿਲਣੀ 10-10 ਰੁਪਏ ਵਾਲੀਆਂ ਉਹ ਵੀ ਹੁੰਦੀ ਆ, ਮੈਨੂੰ ਪਤਾ ਨਹੀਂ ਸੀ ਬਟ ਮੈਂ ਹੋਰ ਲਿਆਇਆ। ਪਰ ਮੈਂ ਇੱਦਾਂ ਕਰਕੇ ਹੁਣ ਅਸੀਂ ਮੈਂ ਅਤੇ ਮੰਮੀ ਲੱਗੇ ਹਾਂ ਬਣਾਉਣ, ਇੱਕ ਮੈਂ ਲੈਂਦਾ ਔਰੇਂਜ, ਇੱਕ ਲੈਂਦਾ ਗ੍ਰੀਨ ਕਲਰ, ਹੁਣ ਅਸੀਂ ਲੱਗੇ ਹਾਂ ਘੋਲਣੇ ਨੂੰ। ਦੇਖਣ ਨੂੰ ਤਾਂ ਇਹ ਰੈੱਡ ਜਿਹਾ ਲੱਗਦਾ ਹੋਣਾ ਬਟ ਹੈਗਾ ਔਰੇਂਜ ਇਹ। ਕਿਉਂਕਿ ਲਾਈਟਿੰਗ ਪੈ ਰਹੀ ਹੈ ਨਾ ਉਹਦੇ ਕਰਕੇ, ਅਤੇ ਇਹ ਦੂਜਾ ਹੈਗਾ ਗ੍ਰੀਨ ਕਲਰ, ਇਹਦਾ ਪਤਾ ਲੱਗ ਹੀ ਰਿਹਾ ਸਾਫ, ਇਹਦਾ ਥੋੜ੍ਹਾ ਰੈੱਡ ਰੈੱਡ ਲੱਗ ਰਿਹਾ ਦੇਖਣ ਨੂੰ ਬਟ ਇਹ ਹੈਗਾ ਔਰੇਂਜ ਹੀ ਆ। ਅਤੇ ਆਪਾਂ ਬਣਾਉਣੀ ਆ ਬੜੀ ਘੈਂਟ ਚੀਜ਼, ਮੈਂ ਲੈ ਕੇ ਆਉਂਦੀ ਫੂਡ ਕਲਰ, ਨਾਲ ਲਿਆਉਂਦਾ ਸੀ ਨਾਰੀਅਲ ਦਾ ਬਰਾਦਾ, ਅਤੇ ਇੱਕ ਚੀਜ਼ ਹੋਰ ਲਿਆਉਂਦੀ ਸੀ ਉਹ ਹੈਗਾ ਮਿੱਤਰ ਸੁੱਕਾ ਦੁੱਧ, ਜਿਹੜਾ ਪਹਿਲਾਂ ਮਤਲਬ ਆਪਾਂ ਮੈਂ ਬਚਪਨ 'ਚ ਅਸੀਂ ਬਹੁਤ ਚੀਜ਼ਾਂ ਖਾਂਦੇ ਹੁੰਦੇ ਸੀ, ਮਤਲਬ ਸੁੱਕੇ ਦੁੱਧ ਦਾ ਇਹ ਹੁੰਦਾ ਸੀ ਅਸੀਂ ਨਾ ਮਤਲਬ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਉੱਦਾਂ ਹੀ ਚਮਚੇ ਭਰ ਭਰ ਕੇ ਸੁੱਕੇ ਦੁੱਧ ਦੇ ਖਾਂਦੇ ਰਹਿੰਦੇ ਸੀ। ਬੜੀ ਘੈਂਟ ਚੀਜ਼, ਕਿਉਂ ਬਚਪਨ ਦੀ ਯਾਦ ਆ ਯਾਰ, ਹੈ ਨਾ। ਹੁਣ ਵੀ ਚਲੋ ਬਹੁਤ ਘੱਟ ਗਿਆ ਹੁਣ ਤਾਂ, ਪਰ ਪਹਿਲਾਂ ਬਹੁਤ ਖਾਧਾ ਸੀ, ਅਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਬੜੀ ਘੈਂਟ ਚੀਜ਼। ਅਤੇ ਕੱਲ੍ਹ ਹੈਗਾ 15 ਅਗਸਤ, 15 ਅਗਸਤ ਕਰਕੇ ਉਮੀਦ ਇਹ ਮੰਗਦੀ ਸੀ ਸੂਟ, ਸੂਟ ਦੇ ਮਿਲਿਆ ਕਿਤੋਂ ਵੀ, ਤਾਂ ਕਰਕੇ ਫਿਰ ਮੈਂ ਸੋਚਿਆ ਕਿ ਕੋਈ ਚੀਜ਼ ਬਣਾ ਕੇ ਖਿਲਾ ਦਿੰਦੇ ਇਹਨੂੰ, ਸੇਮ ਮਤਲਬ ਇੱਕ ਆਪਣੇ ਫਲੈਗ ਦੀ ਤਰ੍ਹਾਂ ਜਿਵੇਂ ਝੰਡਾ ਆਪਣਾ ਉਹ ਵਾਲੇ ਕਲਰ ਦੇ, ਵਾਈਟ, ਔਰੇਂਜ ਅਤੇ ਗ੍ਰੀਨ। ਦੇਖਿਓ ਫਿਰ ਬਣਦੀ ਚੀਜ਼ ਹੁਣ, ਕਿ ਕੜਾਹੀ, ਕੜਾਹੀ 'ਚ ਪਾਵਾਂਗੇ ਦੇਸੀ ਘੀ, ਦੇਖੀ ਚੱਲੋ ਮਿੱਤਰੋ। ਪਤਾ ਕੀ ਚੱਕਰ ਆ ਯਾਰ, ਮਤਲਬ ਇਹੋ ਜਿਹੀਆਂ ਚੀਜ਼ਾਂ ਮੌਕੇ 'ਤੇ ਬਣਾਉਣੀਆਂ ਜ਼ਰੂਰੀ ਹੁੰਦੀਆਂ ਨੇ, ਘੈਂਟ ਲੱਗਦਾ ਮਤਲਬ ਕਦੇ ਕਦੇ ਚੀਜ਼ਾਂ ਸੋਹਣੀਆਂ ਵੀ ਲੱਗਦੀਆਂ ਨੇ, ਇਹੋ ਚੀਜ਼ ਬਣਾ ਲਿਆ ਕਰੋ। ਹੁਣ ਜਿਵੇਂ 15 ਅਗਸਤ ਆ, ਤਾਂ ਕਰਕੇ ਆਪਾਂ ਇਹ ਚੀਜ਼ ਬਣਾ ਰਹੇ ਹਾਂ, ਅਤੇ ਬਾਕੀ ਤੁਸੀਂ ਵੀ ਘਰੇ ਜ਼ਰੂਰ ਬਣਾਇਓ ਇਹ ਵਲੋਗ, ਤੁਹਾਨੂੰ ਸਵੇਰੇ 15 ਅਗਸਤ ਮਤਲਬ ਕੱਲ੍ਹ ਨੂੰ ਹੀ ਦੇਖਣ ਨੂੰ ਮਿਲ ਜਾਣਾ। ਦੇਖਿਓ, ਅਤੇ ਨਾਲ ਆਪਾਂ ਪਾ ਲਿਆ ਦੁੱਧ, ਜਿਵੇਂ ਦੇਸੀ ਕਿ ਤੁਹਾਡਾ ਪਿਘਲ ਜਾਂਦਾ, ਨਾਲ ਵਿੱਚ ਐਡ ਕਰ ਦਿਓ ਤੁਸੀਂ ਦੁੱਧ, ਕਿਉਂਕਿ ਡਿਫਰੈਂਟ ਜੀ ਮਤਲਬ ਬਹੁਤ ਘੈਂਟ ਚੀਜ਼, ਇੱਕ ਬਰਫੀ ਜਿਹੇ ਵਾਂਗੂ ਬਣੂਗਾ ਇਹ। ਅਤੇ ਨਾ ਵਿੱਚ ਪਾ ਦਿੰਦੇ ਆਪਾਂ ਚੀਨੀ, ਆਪਣੇ ਮਿੱਠੇ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ, ਜ਼ਿਆਦਾ ਪਾਣੀ ਥੋੜ੍ਹੀ ਪਾਣੀ ਤੁਹਾਡੇ 'ਚ, ਕਿਉਂ ਵੱਧ ਖਾਣ ਵਾਲੇ ਘੱਟ ਖਾਣ ਵਾਲੇ ਵਾਧੂ ਹੁੰਦੇ ਨੇ, ਅਤੇ ਤੁਸੀਂ ਆਪਣੇ ਤਰੀਕੇ ਨਾਲ ਪਾਈ ਚੱਲਿਓ। ਬਾਕੀ ਦੇਖੀ ਚੱਲੇ ਫਿਰ ਬਣਾਉਂਦੇ ਕੀ ਆਪਾਂ ਬਾਅਦ ਮਿੱਤਰ, ਧੋਣ ਮਰੋੜਾਂਗੇ ਆਪਾਂ ਸੁੱਕੇ ਦੁੱਧ ਦੀ, ਮਤਲਬ ਸੁੱਕੇ ਦੁੱਧ ਪਾਵਾਂਗੇ ਆਪਾਂ, ਐਡ ਕਰਾਂਗੇ ਧਿਆਨ ਨਾਲ। ਦੇਖੀ ਚੱਲੋ ਫਿਰ, ਇਹ ਕਿੰਨਾ ਕੁ ਪਾਉਣਾ ਮੰਮੀ? ਇੱਕ ਕੌਲੀ ਪਾਵਾਂਗੇ। ਲਓ ਮਿੱਤਰੋ, ਜਿਵੇਂ ਤੁਸੀਂ ਇੱਕ ਗਲਾਸ ਦੁੱਧ ਪਾਇਆ, ਅਤੇ ਵਿੱਚ ਚੀਨੀ ਤੁਸੀਂ ਆਪਣੇ ਮਿੱਠੇ ਦੇ ਅਕੋਰਡਿੰਗ ਐਡ ਕਰ ਲਿਓ, ਉਸ ਤੋਂ ਬਾਅਦ ਤੁਸੀਂ ਇੱਕ ਕੌਲੀ ਭਰ ਲਿਓ ਸੁੱਕੇ ਦੁੱਧ ਦੀ, ਸੁੱਕੇ ਦੁੱਧ ਦੀ ਕੌਲੀ ਭਰ ਕੇ ਇਹ ਸਿੱਧੀ ਸਿੱਟਾਂਗੇ ਮੇਰੇ ਸਾਹਮਣੇ ਦੁੱਧ 'ਚ। ਲਓ ਜੀ, ਇਹਦੀ ਵੀ ਲਵਾ ਦਈਏ ਚੁੱਭੀ ਫਿਰ ਦੁੱਧ 'ਚ। ਲਓ ਮਿੱਤਰੋ, ਇਹਨੂੰ ਗੇਰਾਂਗੇ ਆਪਾਂ ਦੁੱਧ 'ਚ, ਇੱਦਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਮਿੱਤਰੋ, ਐਨ ਵਧੀਆ, ਮਤਲਬ ਜਿਵੇਂ ਗੱਠਾਂ ਜਿਹੀਆਂ ਨਹੀਂ ਬਣਨੀਆਂ ਚਾਹੀਦੀਆਂ, ਕਿਉਂਕਿ ਜੇ ਗੱਠਾਂ ਜੀ ਬਣ ਜਾਣਗੀਆਂ ਨਾ ਫਿਰ ਸਵਾਦ ਜਾਣੇ ਰਹਿਣਾ, ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ, ਜਿਹਨੇ ਜਿਹੜੀ ਗੱਠਾ ਗੁੱਠਾ ਹੋਣਗੇ ਉਹਨੂੰ ਚੰਗੀ ਤਰ੍ਹਾਂ ਭੰਨ ਦਿਓ ਸਾਰੀਆਂ। ਮਿੱਤਰੋ, ਜਿਵੇਂ ਮਤਲਬ ਆਪਣਾ ਜਿਹੜਾ ਸੁੱਕਾ ਦੁੱਧ ਪਾਇਆ ਦੇ ਵਿੱਚ, ਹੈ ਨਾ, ਦੁੱਧ ਦੇ ਵਿੱਚ ਨੋਰਮਲੀ ਜਿਹੜਾ ਦੁੱਧ ਹੁੰਦਾ ਉਹਦੇ ਵਿੱਚ ਪਾਇਆ ਸੁੱਕਾ ਦੁੱਧ, ਜਦੋਂ ਇਹ ਰਿੱਝਣ ਲੱਗ ਜੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਕੌਲੀ ਹੋਰ ਕੱਢਣੀ ਆ ਸੁੱਕੇ ਦੁੱਧ ਦੀ, ਉਹਦਾ ਵੀ ਤੁਹਾਨੂੰ ਦੱਸ ਦਿਆਂ ਅੱਗੇ ਕਰਨਾ ਕੀ ਆਪਾਂ, ਅੱਧੀ ਕੌਲੀ ਬਹੁਤ ਆ। ਲਓ ਮਿੱਤਰੋ, ਅੱਧੀ ਕੁ ਕੌਲੀ ਕੱਢ ਦਿੰਦੇ ਹਾਂ, ਮੰਮੀ ਕਹਿੰਦੇ ਯਾਰ ਇਹ ਤਾਂ ਖਾਣ ਨੂੰ ਵੀ ਬੜਾ ਘੈਂਟ ਲੱਗਦਾ, ਖਾਵਾਂਗੇ ਯਾਰ। ਲਓ ਜੀ, ਸੁੱਕਾ ਦੁੱਧ ਅੱਧੀ ਕੌਲੀ, ਮਤਲਬ ਬਾਬੇ ਇਹਨੂੰ ਪਕਾਉਣਾ ਚੰਗੀ ਤਰ੍ਹਾਂ, ਮਤਲਬ ਇੱਦਾਂ ਨਹੀਂ ਯਾਰ ਕੱਚਾ ਜਿਹਾ ਨਾ ਛੱਡਿਓ, ਪਕਾਉਣਾ ਇਹਨੂੰ ਵਧੀਆ ਤਰੀਕੇ ਨਾਲ ਤੁਸੀਂ। ਉਹ ਜਦੋਂ ਇੱਕ ਕੌਲੀ ਪਾ ਕੇ ਤੁਸੀਂ ਚੰਗੀ ਤਰ੍ਹਾਂ ਪਕਾ ਲਿਆ ਇਹਨੂੰ, ਮਤਲਬ ਇੱਦਾਂ ਹਲਕਾ ਹਲਕਾ ਬਰਾਊਨ ਨਹੀਂ ਕਰਨਾ ਬਿਲਕੁਲ, ਕਿਤੇ ਜਿਵੇਂ ਸਾੜ ਲਓ, ਫਿਰ ਉਸ ਬਾਅਦ ਫਿਰ ਆਪਾਂ ਅੱਧੀ ਕੌਲੀ ਹੋਰ ਐਡ ਕਰ ਲਈਏ ਇਹਨੂੰ, ਇੱਕ ਮਤਲਬ ਜਿਵੇਂ ਆਪਾਂ ਕੜਾਹ ਦੀ ਟਾਈਪ ਨਹੀਂ ਬਣ ਜਾਂਦਾ ਉਵੇਂ ਬਣ ਜਾਣਾ ਇਹ, ਜਿਵੇਂ ਇਕੱਠਾ ਹੁੰਦਾ ਜਾਊਗਾ ਹੌਲੀ ਹੌਲੀ, ਤੁਸੀਂ ਦੇਖੀ ਚੱਲੋ।
ਉਹ ਵਾਲੀ ਜਿਹੜੀ ਘੰਟੀ ਵਾਲਾ ਬਟਨ ਆ ਫਿਰ ਉਹਦਾ ਦੱਬਣ ਦਾ ਫਾਇਦਾ ਇਹ ਆ ਤੁਹਾਨੂੰ ਨੋਟੀਫਿਕੇਸ਼ਨ ਜਦੋਂ ਸਾਡਾ ਮਤਲਬ ਐਕਚੁਅਲੀ ਕੀ ਗੱਲ ਆ ਜਿਵੇਂ ਅਸੀਂ ਵਲੌਗ ਪਾਉਂਦੇ ਹਾਂ ਕਈ ਵਾਰੀ ਕੀ ਹੁੰਦਾ ਕਿ ਟਾਈਮਿੰਗ ਮਤਲਬ ਮਿਲਦੀ ਜੁਲਦੀ ਨਹੀਂ ਹੈ ਕਈ ਵਾਰੀ ਕੀ ਹੁੰਦਾ ਅਸੀਂ ਬਿਜ਼ੀ ਹੁੰਦੇ ਹਾਂ ਮੈਂ ਕਿਤੇ ਬਾਹਰ ਹੁੰਦਾ ਵਲੌਗ ਕਿਉਂਕਿ ਵਲੌਗ ਐਡੀਟਿੰਗ ਸਾਰਾ ਮੈਂ ਹੀ ਕਰਦਾ ਐਡੀਟਿੰਗ ਕਰਨ ਕਰਕੇ ਯਾਰ ਫਿਰ ਕਈ ਵਾਰ ਟਾਈਮ ਟੇਬਲ ਨਹੀਂ ਹੁੰਦਾ ਵਿੱਚ ਸਕੈਜੂਅਲ ਨਹੀਂ ਬਣਦਾ ਕਿ ਕਦੇ ਕਦੇ ਕੁਛ ਕਿਤੇ ਅਪਲੋਡ ਕਰ ਦਿੰਦੇ ਕਦੇ ਸ਼ਾਮ ਨਹੀਂ ਕਦੇ ਸਵੇਰੇ ਕਦੇ ਕਿਤੇ ਤਾਂ ਕਰਕੇ ਯਾਰ ਇਹ ਚੱਕਰ ਪੈ ਜਾਂਦਾ ਇਸੇ ਚੀਜ਼ ਕਰਕੇ ਮੈਂ ਤੁਹਾਨੂੰ ਕਹਿੰਦਾ ਕਿ ਬੈਲ ਆਈਕਨ ਜ਼ਰੂਰ ਦੱਬ ਦਿਓ ਅਤੇ ਜਿਹੜਾ ਬੈਲ ਆਈਕਨ ਆ ਉਹਦਾ ਦੱਬਣ ਦਾ ਮਤਲਬ ਇਹੀ ਹੈ ਮਤਲਬ ਗਰਮੀ ਬਹੁਤ ਆਈ ਜਾਂਦੀ ਆ ਅਤੇ ਬੈਲ ਆਈਕਨ ਦੱਬਣ ਦਾ ਮਤਲਬ ਇਹੀ ਆ ਕਿ ਜਦੋਂ ਵੀਡੀਓ ਪੈਂਦੀ ਹੈ ਨਾਲ ਦਿਆਂ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਏ ਤੁਸੀਂ ਨਾਲ ਦੇ ਨਾਲ ਪਲੇ ਕਰ ਸਕੋ ਠੀਕ ਹੋ ਅਤੇ ਮਿੱਤਰੋ ਬਾਕੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਲੱਗੀ ਨਹੀਂ ਲੱਗੀ ਵਧੀਆ ਲੱਗੀ ਕੁਛ ਨਹੀਂ ਲੱਗੀ ਵਧੀਆ ਲੱਗੀ ਨਹੀਂ ਸਭ ਜੋ ਵੀ ਹੈ ਛੱਡ ਦਿਓ ਬਸ ਅਤੇ ਬਾਕੀ ਅੱਗੇ ਆਪਣੀ ਤਿਆਰੀ ਆ ਤੁਸੀਂ ਦੇਖੀ ਚੱਲੋ ਨਾਲ ਨਾਲ ਕਰੋ ਚੈੱਕ ਫਿਰ ਥੋੜ੍ਹਾ ਟਾਈਮ ਲੱਗੂਗਾ ਮਿਹਨਤ ਲੱਗਦੀ ਬਾਬੇ ਚੀਜ਼ ਬਣਨ ਨੂੰ ਪਰ ਵਧੀਆ ਚੀਜ਼ ਬਣੂਗੀ ਇਸੇ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਜਿਵੇਂ ਪਹਿਲਾਂ ਵੀਡੀਓ 'ਤੇ ਵਿਊ ਆਉਂਦੇ ਸੀਗੇ ਵੀਡੀਓ 'ਤੇ ਵਿਊ ਮੇਰੇ ਅਕੋਰਡਿੰਗ ਥੋੜ੍ਹੇ ਮਤਲਬ ਘੱਟ ਗਏ ਨੇ ਵਿਊ ਆਈ ਡੋਂਟ ਨੋ ਕੀ ਚੱਕਰ ਪਿਆ ਸੀ ਮੇਰੇ ਨਾਲ ਅਤੇ ਬਾਕੀ ਯਾਰ ਤੁਹਾਡੀ ਸਪੋਰਟ ਦੀ ਲੋੜ ਆ ਦੱਬ ਕੇ ਸਪੋਰਟ ਕਰਿਆ ਕਰੋ ਵੀਡੀਓ ਨੂੰ ਦੇਖਿਆ ਕਰੋ ਪੂਰਾ ਅਤੇ ਵੀਡੀਓ ਵਧੀਆ ਲੱਗਦੀ ਨਹੀਂ ਲੱਗਦੀ ਕੁਛ ਨਾ ਕੁਛ ਜੋ ਵੀ ਤੁਹਾਡੇ ਦਿਲ ਨੂੰ ਚੰਗਾ ਲੱਗਦਾ ਨਹੀਂ ਲੱਗਦਾ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਬਾਈ ਤੁਹਾਨੂੰ ਆਹ ਚੀਜ਼ ਨਹੀਂ ਚੰਗੀ ਲੱਗੀ ਪਹਿਲੀ ਗੱਲ ਜਿਹੜਾ ਸਾਡੇ ਕੰਟੈਂਟ ਹੁੰਦੇ ਨੇ 101% ਫੈਮਿਲੀ ਬੇਸ ਕੰਟੈਂਟ ਹੁੰਦੇ ਨੇ ਕੋਈ ਵੀ ਇਹ ਚੀਜ਼ ਨਹੀਂ ਕਿ ਤੁਸੀਂ ਬਿਨਾਂ ਆਪਣੇ ਵੀ ਆਪਣੀ ਫੈਮਿਲੀ 'ਚ ਬੈਠ ਕੇ ਨਾ ਬੈਠ ਸਕੋ ਬਹੁਤ ਘੈਂਟ ਕੰਟੈਂਟ ਹੁੰਦੇ ਨੇ ਫੂਡ ਵਾਲੇ ਵੀ ਹੁੰਦੇ ਨੇ ਸਾਡੇ ਟਰੈਵਲ ਵਾਲੇ ਹੁੰਦੇ ਨੇ ਸਾਰੇ ਵਲੌਗ ਆਪਾਂ ਅਪਲੋਡ ਕਰੀ ਜਾਂਦੇ ਆਪਣੇ ਚੈਨਲ 'ਤੇ ਉਹ ਵੀ ਮਿੱਤਰੋ ਪੇਸਟ ਜਿਹਾ ਬਣ ਕੇ ਰੈਡੀ ਆ ਕੜਾਹ ਜਿਹਾ ਮੇਰੇ ਹਿਸਾਬ ਨਾਲ ਹੈ ਨਾ ਅਤੇ ਇਸ ਤੋਂ ਬਾਅਦ ਹੁਣ ਅੱਗੇ ਦੇਖੋ ਆਪਾਂ ਠੰਡਾ ਕਰਨਾ ਜੀ ਇਸ ਤੋਂ ਬਾਅਦ ਇਹਨੂੰ ਕਰਾਂਗੇ ਠੰਡਾ ਬਾਕੀ ਉਹ ਤੁਹਾਨੂੰ ਅੱਗੇ ਪ੍ਰੋਸੈਸ ਦਿਖਾਉਂਦੇ ਹਾਂ ਬਣੇ ਰਹਿਣ ਵਾਲੀ ਉਹ ਕੜਾਹੀ ਜੋ ਕੱਢ ਲੈਣਾ ਜਦੋਂ ਇੱਦਾਂ ਦਾ ਪੇਸਟ ਜਿਹਾ ਬਣ ਕੇ ਰੈਡੀ ਹੋ ਜਾਏ ਤਾਂ ਫਿਰ ਮਤਲਬ ਇਹਨੂੰ ਤੁਸੀਂ ਨਾ ਪਲੇਟ 'ਚ ਕੱਢ ਲਿਓ ਠੀਕ ਆ ਇਹਨੂੰ ਆਪਾਂ ਠੰਡਾ ਕਰਨਾ ਠੰਡਾ ਕਰਕੇ ਇਹਦੇ ਵਿੱਚ ਆਪਾਂ ਐਡ ਕੀ ਕਰਨਾ ਤੁਹਾਨੂੰ ਦੱਸਦੇ ਹਾਂ ਠੀਕ ਆ ਬੜੀ ਘੈਂਟ ਅਤੇ ਯੂਨੀਕ ਚੀਜ਼ ਬਣਾਵਾਂਗੇ 15 ਅਗਸਤ ਦੇ ਦਿਨ ਵਾਲੇ ਦਿਨ ਇਹ ਵਲੌਗ ਤੁਹਾਨੂੰ ਮਤਲਬ ਅੱਜ ਬਣਾ ਰਹੇ ਆਪਾਂ 14 ਅਗਸਤ ਨੂੰ ਕੱਲ੍ਹ ਤੁਹਾਨੂੰ 15 ਅਗਸਤ ਨੂੰ ਦੇਖਣ ਨੂੰ ਮਿਲ ਜੂਗਾ ਬੜੀ ਅਲਟੀਮੇਟ ਚੀਜ਼ ਆ ਅਤੇ ਆਪਣੇ ਘਰੇ ਜ਼ਰੂਰ ਟਰਾਈ ਕਰਿਓ ਚੈੱਕ ਕਰੋ ਇੱਦਾਂ ਦਾ ਪੇਸਟ ਜਿਹਾ ਬਣਾ ਕੇ ਇਹਨੂੰ ਬਸ ਠੰਡਾ ਕਰਨਾ ਆਪਾਂ ਨੇ ਦੇਖੀ ਚੱਲੋ ਅੱਗੇ ਬਣਦਾ ਕੀ ਆ ਮਿੱਤਰੋ ਇਹਨੂੰ ਆਪਾਂ ਹੁਣ ਸੁਕਾਉਣ ਲੱਗੇ ਹੋਏ ਮਤਲਬ ਠੰਡਾ ਕਰ ਰਹੇ ਹਾਂ ਇਹਨੂੰ ਅਤੇ ਇਹਦੇ ਵਿੱਚ ਮਤਲਬ ਤੁਸੀਂ ਇਲਾਇਚੀ ਪਾਊਡਰ ਵੀ ਪਾ ਲਿਓ ਅਸੀਂ ਪਾਇਆ ਸੀ ਬਟ ਮੈਂ ਕਲਿੱਪ ਲੈਣੀ ਭੁੱਲ ਗਿਆ ਇਲਾਇਚੀ ਪਾਊਡਰ ਵੀ ਵਿੱਚ ਪਾਇਓ ਉਹਦੇ ਨਾਲ ਵਧੀਆ ਟੇਸਟ ਆਉਂਦਾ ਕਿਉਂਕਿ ਇਲਾਇਚੀ ਵਾਲਾ ਤਾਂ ਫਿਰ ਜਦੋਂ ਫਲੇਵਰ ਜਾਊਗਾ ਅਲੱਗ ਹੀ ਨਜ਼ਾਰਾ ਆਉਂਦਾ ਖਾਣ ਦਾ ਦੇਖੀ ਚੱਲੋ ਆਪਾਂ ਇਹ 'ਚ ਥੋੜ੍ਹਾ ਜਿਹਾ ਕਰਾਂਗੇ ਨਾਰੀਅਲ ਦਾ ਬਰਾਦਾ ਐਡ ਅਤੇ ਜ਼ਿਆਦਾ ਨਹੀਂ ਮਤਲਬ ਥੋੜ੍ਹਾ ਪਾ ਲਿਓ ਟੇਸਟ ਦੇ ਵਾਸਤੇ ਆਪਾਂ ਟੇਸਟ ਲਈ ਪਾ ਰਹੇ ਹਾਂ ਅਤੇ ਉਸ ਤੋਂ ਬਾਅਦ ਦੇਖੋ ਫਿਰ ਇਹਨੂੰ ਹੁਣ ਚੰਗੀ ਤਰ੍ਹਾਂ ਕਰਦੇ ਹਾਂ ਮਿਕਸ ਮਿਚਕ ਕਰਦੇ ਹਾਂ ਕਿਉਂਕਿ ਫਿਰ ਇਹ ਹੁਣ ਹੋ ਰਿਹਾ ਠੰਡਾ ਮਿਚਕ ਕਰ ਦਿੰਦੇ ਹਾਂ ਇਹਦਾ ਅਲੱਗ ਹੀ ਇਲਾਇਚੀ ਅਤੇ ਨਾਲ ਨਾਰੀਅਲ ਦਾ ਬਰਾਦਾ ਦਾ ਅਲੱਗ ਹੀ ਟੇਸਟ ਆ ਫਿਰ ਬਾਕੀ ਦੇਖਿਓ ਹੁਣ ਤੋਂ ਅੱਗੇ ਫਿਰ ਜਿਹੜਾ ਫੂਡ ਕਲਰ ਉਹਦਾ ਆਪਾਂ ਕੀ ਯੂਜ਼ ਕਰਾਂਗੇ ਕਿਵੇਂ ਕਿਵੇਂ ਕੱਚ ਕਰਦਾਂਗੇ ਬਸ ਦੇਖੀ ਚੱਲੋ ਫਿਰ ਉਹ ਵੀ ਮਿੱਤਰੋ ਅਤੇ ਹੋ ਗਿਆ ਸੀ ਠੰਡਾ ਵਿੱਚ ਨਾਰੀਅਲ ਦਾ ਬਰਾਦਾ ਆਪਾਂ ਐਡ ਕਰਿਆ ਸੀਗਾ ਅਲੱਗ ਅਲੱਗ ਕੋਲੇ ਕੱਢ ਲੈਣਾ ਅਤੇ ਇਹਦੇ ਮਤਲਬ ਮਿੱਤਰੋ ਆਪਾਂ ਕਰਨਾ 3 ਹਿੱਸੇ ਟੋਟਲੀ 3 ਹਿੱਸੇ ਇੱਕ ਹਿੱਸਾ 2 ਹਿੱਸਾ 3 ਲੱਖਣ ਤੀਸਰਾ ਹਿੱਸਾ ਰੱਖਣਾ ਆਪਣਾ ਅਲੱਗ ਉਹ ਹਿੱਸਾ ਆਪਣਾ ਕੁਛ ਹੋਰ ਚੀਜ਼ ਤੁਹਾਨੂੰ ਉਹ ਵੀ ਦੱਸ ਦੇਣਾ ਉਹ ਵਾਈਟ ਹਿੱਸਾ ਰੱਖਾਂਗੇ ਅਤੇ ਇਹ ਆਪਾਂ ਔਰੇਂਜ ਕਰ ਦਾਂਗੇ ਇਹ ਕਰਦਾਂ ਗ੍ਰੀਨ ਇਹ ਆਪਣੇ ਝੰਡੇ ਵਾਲਾ ਸੇਮ ਉੱਦਾਂ ਦਾ ਰੰਗ ਬਣ ਗਿਆ ਬਾਕੀ ਬਣਾਉਣਾ ਕੀ ਆ ਹੁਣ ਤੁਸੀਂ ਅੱਗੇ ਦੇਖਿਓ ਬਣਦਾ ਗਿਆ ਇਹ ਚੀਜ਼ ਬੜੀ ਯੂਨੀਕ ਜਿਹੀ ਚੀਜ਼ ਆ ਅਤੇ ਆਪਾਂ ਬਣਾਵਾਂਗੇ ਤੁਸੀਂ ਦੇਖੀ ਚੱਲੋ ਅੱਗੇ ਹੁਣ ਇਹਨੂੰ ਬਣਾਉਣਾ ਕਿਵੇਂ ਆ ਹੁਣ ਇੱਦਾਂ ਇਹਨੂੰ ਆਪਣੇ ਮਿਕਸ ਕਰ ਲਿਓ ਫੂਡ ਕਲਰ ਪਾਓਗੇ ਵਿੱਚ ਫੂਡ ਕਲਰ ਹੋਰ ਪਊਗਾ ਹੈ ਨਾ ਹਾਂ ਫੂਡ ਕਲਰ ਇਹਨੂੰ ਹੋਰ ਪਾਉਣਾ ਕਿਉਂਕਿ ਐਨ ਆਪਾਂ ਨਾਲ ਮਿਲਦਾ ਜੁਲਦਾ ਜਿਹਾ ਕੰਮ ਕਰਨਾ ਸਾਰਾ ਮੈਨੂੰ ਫੂਡ ਕਲਰ ਆਪਾਂ ਲਿਆ ਬਾਊਲ ਇਹਦੇ ਸਰਵਿੰਗ ਬਾਊਲ ਆ ਇਹ 'ਚ ਆਪਾਂ ਹੁਣ ਯੂਜ਼ ਕਰਾਂਗੇ ਬਟਰ ਪੇਪਰ ਠੀਕ ਆ ਜੇ ਬਟਰ ਪੇਪਰ ਨਹੀਂ ਹੁੰਦਾ ਤਾਂ ਤੁਸੀਂ ਇਹਦੇ ਜਗ੍ਹਾ ਹੋਮ ਫੋਇਲ ਜਾਂ ਕੁਛ ਵੀ ਯੂਜ਼ ਕਰਦੇ ਜਿਹੜੀ ਚੀਜ਼ ਥੱਲੇ ਚਿਪਕੇ ਨਾ ਮਤਲਬ
ਤੇ ਇਹ ਆਪਣਾ ਇੱਧਰ ਔਰੇਂਜ ਵੀ ਰੈਡੀ ਆ, ਗ੍ਰੀਨ ਵੀ ਰੈਡੀ ਆ ਤੇ ਵਾਈਟ ਵੀ ਰੈਡੀ ਆ। ਚੈੱਕ ਕਰੋ, ਦੇਖੀ ਚੱਲਿਓ, ਘਾਚਾ ਮਾਚਾ ਕਰ ਦੇਣਾ ਸਾਰੇ ਕੰਮਾਂ ਦਾ। ਹੁਣ ਇਹ ਆਪਾਂ ਲੈ ਲਿਆ ਸਰਵਿੰਗ ਬਾਊਲ, ਤੇ ਹੁਣ ਆਪਾਂ ਯੂਜ਼ ਕਰਦੇ ਹਾਂ ਇਹ 'ਚ ਆ ਗਿਆ ਸਾਡਾ ਬਟਰ ਪੇਪਰ। ਇਹ 'ਚ ਹੁਣ ਆਪਾਂ ਮਿਕਸ ਸੈਟਿੰਗ ਕਰਦੇ ਹਾਂ ਜੀ, ਮਿਲਦਾ ਸਾਨੂੰ ਸੈਟਿੰਗ ਕਰਨਾ। ਤਰੋਪਕ ਲਾ ਦਾ ਇਹ 'ਚ ਆਪਣਾ ਬਟਰ ਪੇਪਰ, ਕੀ ਕਰਨਾ ਇਹਦਾ ਆਪਾਂ ਛੋਟੀ ਛੋਟੀ ਗੋਲੀਆਂ ਬਣਾਉਣੀਆਂ। ਲਓ ਵੀ ਮਿੱਤਰੋ ਦੇਖ ਲਓ, ਹੁਣ ਇੱਦਾਂ ਤੁਸੀਂ ਮਤਲਬ ਉਹਨੂੰ ਚੱਕਣਾ ਅਤੇ ਇੱਦਾਂ ਹੌਲੀ ਹੌਲੀ ਆਪਣੇ ਹੱਥਾਂ ਦੇ ਮਿਕਸ ਜਿਹਾ ਕਰਕੇ ਛੋਟੇ ਛੋਟੇ ਬਾਊਲ ਦੇ ਬਣਾ ਲੈਣੇ ਇਹਦੇ। ਖਾਇਓ ਲਓ ਜੀ, ਔਰੇਂਜ ਅਤੇ ਗ੍ਰੀਨ ਦੋਨੋਂ ਹੋ ਗਏ। ਉਸ ਤੋਂ ਬਾਅਦ ਆ ਗਿਆ ਵਿੱਚ ਆਪਣਾ ਵਾਈਟ, ਚੈੱਕ ਕਰੋ। ਇਹਨੂੰ ਨਾ ਸੋਚਿਓ ਵੀ ਇਹ ਇੱਦਾਂ ਬਣਾ ਬਣਾ ਕੇ ਇੱਦਾਂ ਹੀ ਖਾ ਲੈਣਾ, ਨਹੀਂ ਨਹੀਂ ਹਾਲੇ ਇਹ ਤਾਂ ਸਿਰਫ ਟ੍ਰੇਲਰ ਆ, ਪਿਕਚਰ ਦਾ ਹਾਲੇ ਬਾਕੀ ਆ ਮਿੱਤਰੋ, ਅੱਗੇ ਦੇਖੀ ਚਲੋ ਬਣਦਾ ਕੀ ਆ, ਮਿਹਨਤ ਜਾਰੀ ਆ ਹਾਲੇ। ਇਹ ਚੀਜ਼ ਬਾਬਾ ਤੁਹਾਨੂੰ ਅਸੀਂ ਬਣਾ ਕੇ ਦਿਖਾ ਰਹੇ ਹਾਂ ਨਾ, ਇਹਦੇ ਨਾਲ ਮੇਰਾ ਹਿਸਾਬ ਨਾਲ ਮੇਰਾ ਮੈਕਸੀਮਮ ਖਰਚਾ 100 ਕੁ ਰੁਪਇਆ ਮਸਾਂ ਹੀ ਆਇਆ, 100 ਕੁ ਰੁਪਇਆ ਮੈਕਸੀਮਮ, ਕਿਉਂਕਿ ਜ਼ਿਆਦਾ ਮਹਿੰਗਾ ਕੁਛ ਮਟੀਰੀਅਲ ਹੈ ਨਹੀਂ ਸੀਗਾ। ਇਹੀ ਚੀਜ਼ ਜਿਹੜੀ ਚੀਜ਼ ਬਣ ਰਹੀ ਆ, ਇਹ ਚੀਜ਼ ਮਿੱਤਰੋ ਜੇ ਤੁਸੀਂ ਕਿਤੇ ਬਾਜ਼ਾਰ 'ਚ ਖਾਣ ਵਾਸਤੇ ਜਾਂ ਸਵੀਟਸ ਵਾਲੇ ਸ਼ੋਪ 'ਤੇ ਲੈਣ ਜਾਓਗੇ ਨਾ, 500 ਰੁਪਏ ਕਿਲੋ ਤੁਹਾਨੂੰ ਆਰਾਮ ਨਾਲ ਮਿਲੂਗੀ, ਇੰਨਾ ਕੀ ਰੇਟ ਆ ਚੀਜ਼ ਦਾ, ਅਤੇ ਘਰ ਆਪਾਂ ਨੇ 100 ਰੁਪਏ 'ਚ ਤਿਆਰ ਕਰਤੀ ਹੈ ਨਾ। ਗੁੱਡ ਆਈਡੀਆ, ਚੈੱਕ ਕਰੋ ਫਿਰ ਬਣਦੀ ਜੀ। ਮੈਂ ਨਾਰੀਅਲ ਦਾ ਬਰਾਦਾ ਲੈਣਾ ਆਪਾਂ ਨੇ, ਓਕੇ, ਲਾਉਣਾ ਵਾਈਟ ਕਲਰ, ਠੀਕ ਹੈ, ਫਿਰ ਔਰੇਂਜ ਕਲਰ, ਓਕੇ। ਕਿਆ ਹੀ ਬਾਤ ਹੈ ਮਿੱਤਰੋ, ਕਿਆ ਹੀ ਬਾਤ ਹੈ, ਚੈੱਕ ਕਰੋ ਹੈ ਗੱਲਬਾਤ, ਦੇਖੋ ਇਹਨੂੰ ਆਪਾਂ ਨੇ ਇਹਦੇ ਨਾਲ ਕੋਟ ਕਰ ਦੇਣਾ, ਠੀਕ ਹੈ। ਲਓ ਵੀ ਮਿੱਤਰੋ ਚੈੱਕ ਕਰੋ, ਆ ਗਿਆ ਨਾ ਵਿੱਚ ਫਿਰ ਗ੍ਰੀਨ ਵਾਈਟ ਅਤੇ ਔਰੇਂਜ, ਕਿਉਂ ਕਿੱਦਾਂ ਲੱਗੀ ਰੈਸਪੀ ਚੈੱਕ ਕਰੋ। ਇਹ ਚੀਜ਼ ਤੁਹਾਨੂੰ ਬਾਜ਼ਾਰ ਦੇ ਬਾਬੇ 500-600 ਰੁਪਏ ਕਿਲੋ ਘੱਟ ਨਹੀਂ ਮਿਲਣੀ, ਹੈ ਕੁਛ ਵੀ ਨਹੀਂ, ਬਟ ਇੱਕ ਬਣਾਉਣ ਦਾ ਤਰੀਕਾ ਆਪਾਂ ਕਹਿ ਦਿੰਦੇ ਹਾਂ ਵਾਓ ਮਿੱਤਰੋ ਕਿਆ ਚੀਜ਼ ਹੈ, ਖਾਣ ਪੀਣ ਕਿੰਨਾ ਵਧੀਆ, ਕਿੰਨੀ ਸਵਾਦ ਮਿਠਾਈ ਹੈ, ਬਟ ਬਣਾਉਣਾ ਕੋਈ ਵੱਡਾ ਗੱਲ ਨਹੀਂ ਮਿੱਤਰੋ, ਅਤੇ ਆਪਣੇ ਘਰ ਚੀਜ਼ ਬਣਾਓ, ਕੋਈ ਜ਼ਿਆਦਾ ਵੱਡਾ ਖਰਚਾ ਵੀ ਨਹੀਂ, ਅਤੇ ਚੀਜ਼ ਤੁਹਾਨੂੰ ਖਾ ਕੇ ਵੀ ਦਿਖਾਵਾਂਗੇ, ਤੁਸੀਂ ਟਰਾਈ ਜ਼ਰੂਰ ਕਰਿਓ ਆਪਣੇ ਘਰ। ਚੀਜ਼ ਵੀ ਨਹੀਂ ਆ, ਦੇਖੋ 3 ਬੋਲਾਂ ਜੀਆਂ ਲਈਆਂ ਆਪਾਂ ਨੇ, ਇੱਦਾਂ ਮਿਕਸ ਜਿਹਾ ਕਰ ਲਿਆ, ਉਸ ਤੋਂ ਬਾਅਦ ਨਾਰੀਅਲ ਦੇ ਬਰਾਦੇ ਜਿਹੇ ਇਹਨੂੰ ਲਵਾ ਦੇਣੀ ਹੈ ਚੁੱਗੀ, ਇਹਦੀ ਲਵਾਉਣੀ ਹੈ ਇੱਕ ਡੋਬੀ ਵਿੱਚ, ਡੋਬੀ ਤੋਂ ਬਾਅਦ ਇਹਨੂੰ ਰੱਖ ਦੇਣਾ, ਫਿਰ ਚੈੱਕ ਕਰੋ ਕਿਉਂ ਬਣਦਾ ਚੰਗਾ। ਫਿਰ ਇਹਨੂੰ ਮਤਲਬ ਨਾਰੀਅਲ ਦੇ ਉਹ 'ਚ ਬਰਾਦੇ ਜਿਹੇ ਨੂੰ ਆਪਾਂ ਨਾਲ ਚਿਪਕਾ ਰਹੇ ਹਾਂ ਨਾ, ਥੋੜ੍ਹਾ ਥੋੜ੍ਹਾ ਵਿੱਚ ਡਿਪ ਜਿਹਾ ਕਰ ਰਹੇ ਹਾਂ, ਜਦੋਂ ਤੁਸੀਂ ਖਾਓਗੇ ਨਾ ਇਹਦਾ ਟੇਸਟ ਡਿਫਰੈਂਟ ਆਉਣਾ, ਜਿਹੜਾ ਵਿੱਚ ਐਡ ਕਰਿਆ ਉਹਦਾ ਟੇਸਟ ਡਿਫਰੈਂਟ ਆਊਗਾ, ਲੈਚੀਆਂ ਦਾ ਡਿਫਰੈਂਟ ਆਊਗਾ, ਅਤੇ ਜਿਹ 'ਚ ਜਿਹੜਾ ਵਿੱਚ ਆਪਾਂ ਬਰਾਦਾ ਐਡ ਕਰਿਆ ਸੁੱਕੇ ਦੁੱਧ ਦਾ, ਤੁਸੀਂ ਗੱਲ ਹੀ ਛੱਡ ਦਿਓ, ਇੱਕ ਨੰਬਰ ਅਲਟੀਮੇਟ ਟੇਸਟ ਆਉਣਾ ਮਿੱਤਰੋ, ਇਹ ਚੀਜ਼ ਦਾ ਅਲਟੀਮੇਟ ਟੇਸਟ, ਦੇਖੋ ਫਿਰ ਕਿਉਂ ਹੈ ਗੱਲਬਾਤ ਪੂਰੀ। ਇਹ ਚੀਜ਼ ਆ, ਇਹ ਬਾਬੇ ਉਹ ਤਿਰੰਗਾ ਬਰਫੀ ਕਹਿ ਦਿੰਦੇ ਨੇ, ਜਾਂ ਤਿਰੰਗਾ ਇਹਨੂੰ ਲੱਡੂ ਵੀ ਬਣਾ, ਲੱਡੂ ਅਲੱਗ ਚੀਜ਼ ਹੋ ਜਾਂਦੀ ਆ, ਇਹ ਤਿਰੰਗਾ ਬਰਫੀ ਬਣਦੀ ਆ ਇੱਦਾਂ ਵੈਸੇ। ਇਹ ਅਸੀਂ 15 ਅਗਸਤ ਵਾਸਤੇ ਸਪੈਸ਼ਲ ਡਿਸ਼ ਤਿਆਰ ਕਰੀ ਆ, ਅਤੇ ਤੁਸੀਂ ਦੇਖੋ ਆਪਣੇ ਘਰ ਜ਼ਰੂਰ ਟਰਾਈ ਕਰੋ, ਕੋਈ ਜ਼ਿਆਦਾ ਖਰਚਾ ਨਹੀਂ ਹੈਗਾ, ਬਿਲਕੁਲ ਥੋੜ੍ਹੇ ਜਿਹੇ ਪੈਸੇ ਦੇ ਨਾਲੇ ਬੱਚੇ ਖੁਸ਼ ਆ, ਨਾਲੇ ਤੁਸੀਂ ਖੁਸ਼, ਨਾਲੇ ਘਰ ਚੀਜ਼ ਬਣਾਓ ਅਤੇ ਘਰ ਚੀਜ਼ ਖਾਓ ਆਪਣੇ ਘਰ ਦੀ ਬਣੀ ਹੋਈ। ਬਾਕੀ ਤੁਹਾਨੂੰ ਲੱਗਦੀ ਕਿਵੇਂ ਡਿਸ਼ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਕਿਉਂ ਗੱਲਬਾਤ ਹੈਗੀ ਹੈ ਕਿ ਨਹੀਂ ਹੈਗੀ, ਲਾਇਆ ਦਿਮਾਗ ਤੁਹਾਡੇ ਬਾਈ ਨੇ। ਇਹ ਸੂਟ ਲਈ ਜਿੱਦ ਕਰਦੀ ਸੀ ਗਰਮੀ ਬਹੁਤ ਆ ਸੱਚ, ਇਹ ਸੂਟ ਲਈ ਜਿੱਦ ਕਰਦੀ ਸੀ ਆਪਾਂ ਬਣਾਇਆ, ਦੇਖੋ ਫਿਰ ਕੀ ਅੱਜ ਸੂਟ ਛੱਡ ਇਹਨੂੰ, ਸੂ ਅੱਜ ਤਿਰੰਗਾ ਬਰਫੀ ਖਵਾਉਂਦੇ ਹਾਂ, ਕਰੋ ਚੈੱਕ ਫਿਰ ਕਿਉਂ ਬਣ ਗਈ ਗੱਲਬਾਤ, ਅਤੇ ਆਪਣੇ ਘਰ ਜ਼ਰੂਰ ਟਰਾਈ ਕਰੋ, ਗੱਲਬਾਤ ਬਣਾ ਦਈ ਆਪਾਂ ਨੇ, ਅਤੇ ਖਾਓ ਅਤੇ ਇੰਜੋਏ ਕਰੋ ਆਪਣੇ ਘਰ ਮਿੱਤਰੋ। ਲਓ ਵੀ ਮਿੱਤਰੋ ਚੈੱਕ ਕਰੋ, ਬਣ ਗਈ ਨਾ ਗੱਲਬਾਤ, ਇੱਕ ਆਹ ਦੇਖੋ ਨਾਲ ਦੇ ਨਾਲ ਹੋ ਗਏ ਲੱਡੂ ਤਿਆਰ, ਇੱਧਰ ਬਰਫੀ, ਇੱਧਰ ਨਾਲ ਦੇ ਨਾਲ ਲੱਡੂ, ਉਹ ਵੀ ਬਰਾਦੇ ਵਾਲੇ,
ਕਿਉਂ ਔਰੇਂਜ ਗ੍ਰੀਨ ਤੇ ਵਾਈਟ ਮਿੱਤਰੋ ਇੱਕ ਚੀਜ਼ ਤੁਹਾਨੂੰ ਦਿਖਾ ਦੀ ਹੁਣ ਵਾਰੀ ਹੈ ਦੂਜੀ ਚੀਜ਼ ਦੀ ਵੇਟ ਕਰਿਓ ਦੇਖੀ ਚੱਲੋ ਫਿਰ ਅੱਗੇ ਕੀ ਕੀ ਬਣਾਉਣਾ ਹੁਣ ਪਹਿਲਾਂ ਆਪਾਂ ਚੀਨੀ ਪਾਵਾਂਗੇ ਲੋ ਮਿੱਤਰੋ ਮਿਕਸੀ ਵਾਲੇ ਜਾਰ 'ਚ ਪਾ ਲੈਣੀ ਆਪਾਂ ਚੀਨੀ ਅਤੇ ਕਿਆ ਹੀ ਬਾਤਾਂ ਨੇ ਬਦਾਮ ਕਿਆ ਹੀ ਬਾਤਾਂ ਨੇ ਮਿੱਤਰੋ ਵਿੱਚ ਜਦੋਂ ਪੈ ਗਏ ਬਦਾਮ ਤੇ ਉਸ ਤੋਂ ਬਾਅਦ ਪਾਣਾ ਫਿਰ ਇਲਾਇਚੀ ਪਾਊਡਰ ਕਿਆ ਬਾਤ ਹੈ ਕਿਆ ਬਾਤ ਹੈ ਤਾਂ ਫਿਰ ਬਾਬੇ ਅਲਟੀਮੇਟ ਚੀਜ਼ ਬਣਨੀ ਆ ਅਲਟੀਮੇਟ ਚੈੱਕ ਕਰਿਓ ਅੱਗੇ ਇਹ ਮੈਨੂੰ ਚੀਜ਼ ਜ਼ਿਆਦਾ ਘੈਂਟ ਲੱਗ ਰਹੀ ਵੈਸੇ ਆਪਣੀ ਮਿਹਨਤ ਇਹਦੇ ਵੀ ਪੂਰੀ ਲੱਗੀ ਆ ਮਾੜੀ ਚੀਜ਼ ਆਪਾਂ ਇਹ ਨਹੀਂ ਕਹਿ ਸਕਦੇ ਚੀਜ਼ ਆਪਾਂ ਨੇ ਬਣਾਈ ਇਹ ਵੀ ਪੂਰੀ ਖਤਰਨਾਕ ਆ ਚੈੱਕ ਕਰੋ ਇਹਦਾ ਵਾਈਬ ਚੈੱਕ ਕਰੋ ਜਦੋਂ ਖਾਣੀ ਆ ਉਦੋਂ ਦੇਖਿਓ ਤੁਸੀਂ ਕਿਹੜੇ ਟੇਸਟ ਵਾਲਾ ਇਹਦਾ ਦਿਖਾਉਂਦਾ ਤੁਹਾਨੂੰ ਸਾਰਾ ਕੁਛ ਸੂਟ ਪਿੱਛੇ ਲੜਦੀ ਸੀ ਨਾ ਅੱਜ ਚੈੱਕ ਕਰ ਫਿਰ ਉਹ ਚੀਨੀ ਬਦਾਮ ਅਤੇ ਇਲਾਇਚੀ ਪਾਊਡਰ ਆਪਾਂ ਬਣਾ ਲਿਆ ਇਹਦਾ ਘੋਟਾ ਚੰਗੀ ਤਰ੍ਹਾਂ ਇਹਨੂੰ ਦੇ ਤਾ ਅੱਗੇ ਜਿਹੜਾ ਇਹਨੂੰ ਆਪਾਂ ਪੀਸ ਲਿਆ ਮਤਲਬ ਯਾਨੀ ਕਿ ਅਤੇ ਹੁਣ ਇਸ ਤੋਂ ਬਾਅਦ ਅੱਗੇ ਤੁਹਾਨੂੰ ਪ੍ਰੋਸੈਸ ਸਮਝਾਉਂਦੇ ਹਾਂ ਇੱਕ ਚੀਜ਼ ਬਣ ਗਈ ਦੂਸਰੀ ਚੀਜ਼ ਦੀ ਤਿਆਰੀ ਆ ਦੇਖਿਓ ਫਿਰ ਅੱਜ ਬਣਦਾ ਹੀ ਆ ਜਦੋਂ ਆਪਾਂ ਮਤਲਬ ਚੀਨੀ ਬਦਾਮ ਅਤੇ ਇਲਾਇਚੀ ਪਾਊਡਰ ਪਾ ਕੇ ਉਹ ਤੁਹਾਡੀ ਮਰਜ਼ੀ ਆ ਤੁਸੀਂ ਬਦਾਮ ਵਿੱਚ ਪਾਉਣਾ ਕਿ ਨਹੀਂ ਪਾਉਣਾ ਆਪਾਂ ਟੇਸਟ ਵਾਸਤੇ ਵਿੱਚ ਐਡ ਕਰ ਲਿਆ ਇਸ ਤੋਂ ਬਾਅਦ ਹੁਣ ਅੱਗੇ ਵਾਲਾ ਪ੍ਰੋਸੈਸ ਤੁਹਾਨੂੰ ਦਿਖਾ ਦਿੰਦਾ ਅਗਲਾ ਪ੍ਰੋਸੈਸ ਲਿਆ ਆਪਾਂ ਮਿੱਤਰੋ ਨਾਰੀਅਲ ਦਾ ਬਰਾਦਾ ਅਤੇ ਵਿੱਚ ਫਿਰ ਤੋਂ ਦੁਬਾਰਾ ਐਡ ਕਰ ਰਹੇ ਹਾਂ ਆਪਾਂ ਸੁੱਕਾ ਦੁੱਧ ਜ਼ਿਆਦਾ ਨਹੀਂ ਆਪਣੇ ਹਿਸਾਬ ਨਾਲ ਜਿਵੇਂ ਮੰਨ ਕੇ ਚਲੋ ਬਸ ਆਪਣੇ ਹਿਸਾਬ ਦੇ ਨਾਲ ਤੁਸੀਂ ਲੈ ਲੈਣਾ ਅੱਧੀ ਕੁ ਕੌਲੀ ਪਾਇਆ ਸੀ ਵੈਸੇ ਇੰਨੇ ਕੁ ਨਾਰੀਅਲ ਦੇ ਬਰਾਦੇ 'ਚ ਅਤੇ ਹੁਣ ਆਪਾਂ ਇਹਨੂੰ ਕਰ ਰਹੇ ਹਾਂ ਮਿਕਸ ਦੇਖਿਓ ਫਿਰ ਅਗਲੀ ਚੀਜ਼ ਹੁਣ ਇਸ ਦੇ ਵਿੱਚ ਕਿਆ ਬਾਤ ਠੀਕ ਹੈ ਜੀ ਲਓ ਜੀ ਇਸ ਤੋਂ ਬਾਅਦ ਮਿੱਤਰੋ ਆਪਾਂ ਵਿੱਚ ਐਡ ਕਰਦਾ ਚੀਨੀ ਬਦਾਮ ਅਤੇ ਇਲਾਇਚੀ ਪਾਊਡਰ ਦਾ ਮਿਕਸਚਰ ਜਿਹੜਾ ਆਪਾਂ ਪਾਊਡਰ ਬਣਾਇਆ ਹੁਣ ਉਹ ਵੀ ਇਹਦੇ ਵਿੱਚ ਇਹਨੂੰ ਵੀ ਦਵਾਂਗੇ ਗੁੱਛਣ ਗੁੱਛੀ ਕਰ ਦਾਂਗੇ ਇਹਨੂੰ ਵੀ ਦੇਖਿਓ ਹੁਣ ਇਹਨੂੰ ਵੀ ਵਿੱਚ ਦੇ ਦਾਂ ਗੇੜਾ ਇਹਦੇ ਮਿਕਸ ਕਰਕੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਦੇਖਿਓ ਇਹ ਬੜੀ ਘੈਂਟ ਚੀਜ਼ ਆ ਮਿੱਤਰੋ ਇਹ ਵੀ ਦੇਖ ਲਓ ਤੁਹਾਨੂੰ ਇੱਕ ਜਿਹੜਾ ਆਪਣਾ 15 ਅਗਸਤ ਦੇ ਮੌਕੇ 'ਤੇ ਤੁਹਾਨੂੰ ਦੋ ਬੜੀ ਘੈਂਟ ਘੈਂਟ ਜਿਵੇਂ ਹੁਣ ਬਟ ਮੈਂ ਇੱਕ ਚੀਜ਼ ਦੇਖੀ ਆ ਜ਼ਿਆਦਾਤਰ ਕੀ ਹੁੰਦਾ ਕਿ ਜਿਵੇਂ ਬੱਚਿਆਂ ਦੇ ਸਕੂਲ 'ਚ ਹੈ ਨਾ ਕੀ ਕਹਿ ਦਿੰਦੇ ਨੇ ਹੈ ਨਾ ਮੇਰੇ ਹਿਸਾਬ ਨਾਲ ਮੈਕਸੀਮਮ ਤਾਂ ਛੁੱਟੀ ਹੁੰਦੀ ਆ ਉਹ ਕਹਿ ਨਹੀਂ ਦਿੰਦੇ ਕਿ ਇੱਕ ਦੋ ਦਿਨ ਪਹਿਲਾਂ ਮਨਾਉਂਦੇ ਹੁੰਦੇ ਸੀ ਹਾਂ ਤੁਸੀਂ ਆਹ ਲੈ ਕੇ ਆਇਓ ਤੁਸੀਂ ਆਹ ਬਣਾ ਕੇ ਲਾਇਓ ਤਿਰੰਗੇ ਚੌਲ ਚੌਲ ਪਤਾ ਨਹੀਂ ਕੀ ਕੁਛ ਕਹਿ ਦਿੰਦੇ ਨੇ ਬਾਕੀ ਇਹ ਬੜੀ ਘੈਂਟ ਚੀਜ਼ ਆ ਤੁਸੀਂ ਆਪਣੇ ਬੱਚਿਆਂ ਦੇ ਟਿਫਨ 'ਚ ਇਹ ਚੀਜ਼ ਜ਼ਰੂਰ ਦੇ ਸਕਦੇ ਹੋ ਬੜੀ ਘੱਟ ਰੈਸਪੀ ਆ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਪਾਵਾਂਗੇ ਦੁੱਧ ਜਿਵੇਂ ਆਪਾਂ ਮਤਲਬ ਗੁੰਨਦੇ ਨਹੀਂ ਆਟਾ 'ਚ ਨਹੀਂ ਗੁੰਨਦੇ ਉਵੇਂ ਉਵੇਂ ਨੂੰ ਆਪਾਂ ਤਿਆਰ ਕਰਦੇ ਜਾਣਾ ਤੁਸੀਂ ਦੇਖੀ ਚੱਲੋ ਫਿਰ ਇਹਨੂੰ ਉਵੇਂ ਤਿਆਰ ਆ ਫਿਰ ਇਹਦੇ ਆਪਾਂ ਕਰ ਲੈਣੇ 3 ਪਾਰਟ ਗ੍ਰੀਨ ਵਾਸਤੇ ਔਰੇਂਜ ਵਾਸਤੇ ਅਤੇ ਇੱਕ ਰੱਖਣਾ ਵਾਈਟ ਹੁਣ ਇਹ ਨੈਕਸਟ ਪ੍ਰੋਸੈਸ ਆ ਨੈਕਸਟ ਜਿਹੜੀ ਅਗਲੀ ਰੈਸਪੀ ਉਹ ਵੀ ਦੇਖਿਓ ਕੀ ਬਣਦੀ ਉਹ ਫਿਰ ਦੁਬਾਰਾ ਆਪਾਂ ਲਾ ਲਿਆ ਆਪਣਾ ਬਟਰ ਪੇਪਰ ਨੈਕਸਟ ਸਟੈਪ ਚੈੱਕ ਕਰਦੇ ਜਾਓ ਹੁਣ ਹੁੰਦਾ ਕੀ ਆ ਪਹਿਲਾਂ ਕੁਛ ਹੋਰ ਚੀਜ਼ ਸੀ ਹੁਣ ਕੁਛ ਹੋਰ ਚੀਜ਼ ਆ ਦੇਖਿਓ ਫਿਰ ਇਹਨੂੰ ਮਤਲਬ ਤੁਸੀਂ ਇੱਦਾਂ ਕੁੱਲ ਜਿਵੇਂ ਫੂਡ ਕਲਰ ਐਡ ਕਰਕੇ ਅਤੇ ਉਸ ਤੋਂ ਬਾਅਦ ਇਹਨੂੰ ਇੱਦਾਂ ਸਪਰੈਡ ਕਰ ਲੈਣਾ ਚੰਗੀ ਤਰ੍ਹਾਂ ਆਪਣੇ ਬਟਰ ਪੇਪਰ ਦੇ ਉੱਪਰ ਬਾਅਦ ਗ੍ਰੀਨ ਕਲਰ ਦੇ ਪੇਸਟ ਤੋਂ ਬਾਅਦ ਹੁਣ ਆਪਾਂ ਐਡ ਕਰਾਂਗੇ ਇਹਦੇ ਵਿੱਚ ਮਿੱਤਰੋ ਵਾਈਟ ਕਲਰ ਕਿਉਂਕਿ ਵਾਈਟ ਕਲਰ ਆਪਣੇ ਝੰਡੇ ਦੇ ਵਿੱਚ ਹੀ ਹੁੰਦਾ ਅਤੇ ਚੈੱਕ ਕਰੋ ਉਸ ਦੇ ਉੱਪਰ ਆਪਾਂ ਫਿਰ ਇਹ ਸਪਰੈਡ ਕਰ ਦਾਂਗੇ ਮਤਲਬ ਇਹਨੂੰ ਫੈਲਾ ਦਾਂਗੇ ਉੱਪਰ ਦੂਜੇ ਇਹਨੂੰ ਪੇਸਟ ਜੇ ਨੂੰ ਅਤੇ ਇਹਦੇ ਉੱਪਰ ਆ ਗਿਆ ਵਾਈਟ ਵਾਲਾ ਲਾਸਟ ਕਲਰ ਅਤੇ ਲਾਸਟ ਆਪਣਾ ਪੇਸਟ ਔਰੇਂਜ ਕਲਰ ਦਾ ਹੁਣ ਇਹਨੂੰ ਵੀ ਆਪਾਂ ਇਹਦੇ ਉੱਪਰ ਮਤਲਬ ਆਪਾਂ ਯਾਰ ਲਾਈਨ ਵਾਈਜ ਜਾਂ ਐਵੇਂ ਬਣੇ ਦੀ ਪਰਤ ਉਵੇਂ ਆਪਾਂ ਬਣਾ ਲੈਣੀ ਆ ਸਭ ਤੋਂ ਨੀਚੇ ਗ੍ਰੀਨ ਵਾਈਟ ਅਤੇ ਫਿਰ ਔਰੇਂਜ ਐਨ ਆਪਾਂ ਬਣਾ ਕੇ ਇਹਨੂੰ ਪੂਰਾ ਉੱਪਰ ਪਹਿਲਾਂ ਫੈਲਾ ਦਿੰਦੇ ਹਾਂ ਸਪਰੈਡ ਕਰਦੇ ਹਾਂ ਪੂਰਾ ਚੰਗੀ ਤਰ੍ਹਾਂ ਦੇਖੀ ਚੱਲੋ ਹੁਣ ਲਓ ਜੀ ਮਿੱਤਰੋ ਇੱਦਾਂ ਤੁਸੀਂ ਇਹਨੂੰ ਤਿਆਰ ਕਰਨ ਤੋਂ ਬਾਅਦ ਫਿਰ ਇਹਨੂੰ ਆਪਾਂ ਰੱਖਣਾ ਫਰਿੱਜ 'ਚ ਇਹਨੂੰ ਹੁਣ ਆਪਾਂ ਲਵਾਉਂਦੇ ਥੋੜ੍ਹੀ ਜਿਹੀ ਠੰਡ
ਗਰਮੀ ਜ਼ਿਆਦਾ ਮੰਨ ਗਿਆ ਇਹ, ਇਹਨੂੰ ਠੰਡ ਲਵਾਉਂਦੇ ਹਾਂ। ਇਹ ਰਿਹਾ ਹਾਸੀ ਮਜ਼ਾਕ ਮਿੱਤਰੋ, ਇਸ ਤੋਂ ਬਾਅਦ ਇਹਨੂੰ ਰੱਖਦੇ ਹਾਂ ਫਰਿੱਜ ਵਿੱਚ ਥੋੜ੍ਹੇ ਦਿਨ ਠੰਡਾ ਹੋਣ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਖਾਣਾ ਤੁਹਾਨੂੰ ਅੱਗੇ ਬਣਦਾ ਹੀ ਹੈ ਇਹਦਾ। ਤੋ ਇੰਤਜ਼ਾਰ ਹੋਇਆ ਖਤਮ, ਚੈੱਕ ਕਰੋ ਗੱਲਬਾਤ ਕਿਉਂ ਬਣਾਤੀ ਸੀਰਾ, ਫਿਰ ਬਣਾਤਾ ਤਿਰੰਗਾ ਗ੍ਰੀਨ ਵਾਈਟ ਅਤੇ ਔਰੇਂਜ ਕਿਉਂ। ਇਹ ਚੀਜ਼ ਸੀ ਮਿੱਤਰੋ, ਇਹ ਵਾਲੀ ਰੈਸਪੀ ਹੈ ਜਿਹੜੀ ਤੁਹਾਡੇ ਨਾਲ ਲਾਸਟ ਵਾਲੀ ਸ਼ੇਅਰ ਕਰਨੀ। ਲੋ ਮਿੱਤਰੋ, ਅਤੇ ਇੱਕ ਸੀਗੀ ਆਪਣੀ ਉਹ ਵਾਲੀ ਕਿਉਂ ਸੂਟ ਪਿੱਛੇ ਲੜਦੇ ਸੀ ਮਿੱਤਰੋ, ਲੜਦੀ ਸੂਟ ਪਿੱਛੇ ਖਵਾਦੀਆਂ ਤੁਹਾਨੂੰ ਬਰਫੀਆਂ ਖੁਸ਼ ਹੈ ਹੁਣ ਪੈਗੀ ਕਾਲਾਂਗੇ ਠੰਡ, ਉਹ ਵੀ ਮਿੱਤਰੋ ਪੈਗੀ ਕਾਲਾਂਗੇ ਠੰਡ। ਇਹਦਾ ਨਹੀਂ ਮਿੱਤਰੋ ਹਾਸੀ ਮਜ਼ਾਕ ਵਾਲੀ ਗੱਲ, ਮੰਮੀ ਪਾਣੀ ਬੰਦ ਕਰ ਦਿਓ ਯਾਰ, ਆਵਾਜ਼ ਪੂਰੀ ਖਰ ਖਰ ਆਉਂਦੀ ਇਹ 'ਚ। ਅਤੇ ਮਿੱਤਰੋ ਇਹ ਬਰਫੀ ਬਣਾ ਤੀ ਤਿਰੰਗੇ ਵਾਲੀ, ਫਰਿੱਜ ਖੋਲ੍ਹ ਤੀ ਤਰਮੋਲ ਲਾਈ, ਦੇਖ ਅੱਖਾਂ ਖੋਲ੍ਹ ਕੇ ਦੇਖ। ਲੋ ਮਿੱਤਰੋ ਚੈੱਕ ਕਰ, ਖੋਲ ਫਰਿੱਜ ਖੋਲ, ਅੱਖਾਂ ਖੋਲ੍ਹ ਕੇ ਦੇਖ, ਅੱਖਾਂ ਖੋਲ ਪੂਰੀਆਂ ਦੇਖ, ਅੱਖਾਂ ਖੋਲ ਕੇ ਨੀਤ ਨਾ ਵਾ ਵਿੱਚ, ਖੋਲ ਖੋਲ ਜਲਦੀ ਖੋਲ ਫਰਿੱਜ। ਲੋ ਮਿੱਤਰੋ ਚੈੱਕ ਕਰੋ ਇੱਕ, ਕਿਉਂ ਹੈ ਗੱਲਬਾਤ, ਕਿੰਨੀ ਵਧੀਆ ਬਰਫੀ, ਹਾਂ ਕਿਉਂ ਖੁਸ਼ ਆ, ਝੰਡੇ ਓਏ ਝੰਡੇ ਕਿੰਨੇ ਝੰਡੇ। ਲੋ ਮਿੱਤਰੋ ਇਹ ਲੜਦੀ ਸੀ ਮੇਰੇ ਨਾਲ ਕਿ ਮੈਨੂੰ ਸੂਟ ਲਿਆ ਕੇ ਦੇ, ਮਿੱਤਰੋ ਸੂਟ ਕਿਤੇ ਵੀ ਨਹੀਂ ਹੈਗਾ। ਅਤੇ ਰਹੀ ਗੱਲ ਉਹ ਵਾਲੀ ਗੱਲ ਦੀ ਮਿੱਤਰੋ, ਉਹ ਸੀਗਾ ਜਸਟ ਇੱਕ ਸਾਡਾ ਪ੍ਰੈਂਕ, ਉਹ ਸਾਡੀ ਇੱਕ ਵੀਡੀਓ ਸੀਗੀ, ਅਤੇ ਤੁਹਾਨੂੰ ਵੀਡੀਓ ਕਿੱਦਾਂ ਲੱਗੀ, ਬਾਕੀ ਇਹ ਆਪਣੀ ਰੈਸਪੀ ਆ ਤੁਸੀਂ ਚੈੱਕ ਕਰੋ ਦੇਖ, ਕਿਉਂ ਚੱਕ ਦੋ ਇਹ ਚੀਜ਼ਾਂ ਹੁਣ ਇਹਨੂੰ ਮਿੱਤਰੋ। ਅੱਜ ਝੰਡੇ ਵੀ ਮਿਲ ਗਏ, ਛੋਟੇ ਛੋਟੇ ਝੰਡੇ ਵੀ ਲਿਆ ਕੇ ਦਿੱਤੇ ਨੇ, ਅਤੇ ਠੀਕ ਆ ਕੈਂਟ ਬਣ ਗਈ ਮਿੱਤਰੋ, ਹਾਂ ਖੁਸ਼ ਖੁਸ਼ ਆ ਹੁਣ, ਖਾ ਲੱਡੂ ਖਾ ਤਿਰੰਗੇ ਬਰਫੀਆਂ, ਖਾ ਤਿਰੰਗੇ ਬਰਫੀਆਂ ਖਾਈ ਚੱਲ, ਜੋ ਤੇਰਾ ਦਿਲ ਕਰਦਾ ਉਹ ਖਾ ਹੁਣ, ਦਿਖਾ ਦੇ ਖਾ ਕੇ ਨਾਲ ਟੇਸਟ ਕਿਵੇਂ ਉਹ ਵੀ ਦੱਸ ਦੇ। ਕੁਛ ਨਹੀਂ ਹੁੰਦਾ, ਤੁਸੀਂ ਖਾ ਕੇ ਨਾ ਦਿਖਾਓ ਕਿਵੇਂ ਆ ਬਣੀ, ਤੇ ਚੈੱਕ ਤਾਂ ਕਰ, ਬਹੁਤ ਯੰਮੀ ਹੈ ਕੈਂਟ ਲਿਓ ਬਾਬੇ, ਸਾਰਾ ਪੀਸ ਹੀ ਮੂੰਹ 'ਚ ਪਾ ਲਿਆ ਇਹਨੇ, ਇੰਨੀ ਹਲਕ ਜਾਂਦੀ ਹੈ ਨਾ ਕਦੇ ਕਦੇ, ਬਹੁਤ ਸਵਾਦ ਬਣੀ ਹੈ ਲਾਜਵਾਬ। ਮੰਮੀ ਯਾਰ ਬੜੀ ਘੈਂਟ ਚੀਜ਼ ਬਣੀ ਹੈ ਨਾ, ਬਾਹਰੋਂ ਆਇਆ ਜੇ। ਅਤੇ ਇੱਥੇ ਆਪਾਂ ਬਣਾ ਕਰਦੇ ਹਾਂ ਵਲੌਗ ਐਂਡ, ਅਤੇ ਅੱਜ ਇਹਦੀ ਕਰਤੀ ਰੀਝ ਪੂਰੀ, ਬਸ ਠੀਕ ਆ। ਕੀ ਹੁੰਦਾ ਵੈਸੇ 15 ਅਗਸਤ ਪਤਾ ਕੁਛ, 15 ਅਗਸਤ 1947 ਪਤਾ ਮਤਲਬ ਤੈਨੂੰ, ਠੀਕ ਹੈ ਠੀਕ ਹੈ ਠੀਕ ਹੈ। ਅਤੇ ਮਿੱਤਰੋ ਕਰਦੇ ਆਪਾਂ ਵਲੌਗ ਆਪਣਾ ਇੱਥੇ ਐਂਡ, ਅਤੇ ਮਿਲਦੇ ਕਿਸੇ ਨੈਕਸਟ ਵਲੌਗ 'ਚ, ਟਿਲ ਦੈਨ ਬਾਏ ਟੇਕ ਕੇਅਰ, ਅਤੇ ਸਾਰਿਆਂ ਨੂੰ ਹੈਪੀ ਇੰਡੀਪੈਂਡੈਂਟ ਡੇ 15 ਅਗਸਤ, ਅਤੇ ਮਿਲਦੇ ਹਾਂ ਕਿਸੇ ਨੈਕਸਟ ਡੇ ਇੰਡੀਪੈਂਡੈਂਸ ਡੇ, ਸਹੀ ਬੋਲੇ ਕਈ ਵਾਰੀ ਅੜ ਜਾਂਦਾ ਮੈਂ ਕਿ 15 ਅਗਸਤ ਦੀਆਂ ਸਾਰਿਆਂ ਨੂੰ ਸ਼ੁਭਕਾਮਨਾ। ਇਹਨਾਂ ਦਾ ਪਰਫੈਕਟ ਬੋਲਣਾ ਇਹਨਾਂ ਦਿਨ ਪਤਾ ਬਾਏ।